अच्छा जी, आज साथ में मौजूद में जी इसहाक ठाकुर साहब, मूवी के प्रोड्यूसर, जिनके रिलीज होने जा रही थी 10 मार्च में, और एक वक्फा पै गया है कि अजय उन्होंने पूछ लिया कि क्यों वक्फा पै गया। अच्छा सर जी, सुपर पंजाबी एदा सोना तुम ना रखा कि बंदे भी देखे सारे सुपरमैन ही पाए नहीं, तो क्यों है कि तुम देख क्यों अगे करें जा रहे हो? PSL ਦੇ ਮੈਚ ਹੋ ਰਹੇ ਨੇ, ਦੂਸਰਾ ਪਾਕਿਸਤਾਨ ਦੇ ਵਿੱਚ ਮਹਿੰਗਾਈ ਇੰਨੀ, ਰੋਜ਼ ਨਵੀਂ ਮਹਿੰਗਾਈ, ਲੋਕ ਪਰੇਸ਼ਾਨ, ਬੁਰੇ ਹਾਲ, ਬੌਂਕੇ ਦਿਹਾੜੇ। ਉਹ ਤੇ ਅਸੀਂ ਵੇਖਦੇ ਰਹਿੰਦੇ ਆ, ਸਾਨੂੰ ਕੋਈ ਨਵੀਂ ਗੱਲ ਦੱਸੋ। ਦੇਖੋ ਜੀ, ਨਵਾਂ ਤੁਹਾਡਾ ਮੂੰਹ ਹੁੰਦਾ ਤੇ ਮੈਂ ਨਵੀਂ ਗੱਲ ਕਰਦਾ। ਅੱਛਾ, ਤੁਹਾਡੇ ਮੂੰਹ ਵਰਗੇ ਪੁਰਾਣੇ ਟੇਸ਼ਨਾਂ ਤੇ ਪਰਨਾਲੇ ਹੁੰਦੇ ਨੇ। ਚਲੋ ਚਲੋ, ਸਵਾਲ ਚੇਂਜ ਕਰ ਲੈਂਦੇ ਆ। ਸਵਾਲ ਇਹ ਕਰਨੇ ਆ ਕਿ ਚੱਲ ਗਏ ਪੰਜਾਬ ਤੇ ਰਹਿੰਦੇ, ਪੰਜਾਬ ਦੀ ਕੋਈ ਐਬਰੇਸ਼ਨ ਆ ਬੜੀਆਂ ਅੱਛੀਆਂ ਅੱਜ ਕੱਲ੍ਹ ਪੰਜਾਬੀ ਮੂਵੀਆਂ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ, ਤੇ ਜਿਸ ਤਰ੍ਹਾਂ ਕਿ ਤੁਸੀਂ ਵੀ ਕਾਫੀ 3-4 ਫਿਲਮਾਂ 'ਚ ਕੰਮ ਕੀਤਾ, ਪੰਜਾਬੀ ਫਿਲਮਾਂ 'ਚ ਇੰਡੀਅਨ, ਤੇ ਹੁਣ ਤੁਸੀਂ ਤੁਹਾਡੀ ਆਪਣੀ ਜਿਹੜੀ ਫਿਲਮ ਹੈ ਸੁਪਰ ਪੰਜਾਬੀ, ਇਹਦੇ ਵਿੱਚ ਤੁਸੀਂ ਜਿਹੜੀ ਮੇਨ ਜਿਹੜੀ ਕਾਸਟ ਕੇ ਥੋੜ੍ਹਾ ਜਿਹਾ ਥੋੜ੍ਹੇ ਜਿਹੇ ਨਾਮ ਦੱਸਣਾ ਚਾਹੋਗੇ, ਕਿੰਨਾ ਕਿਰਾਉਂ ਤੁਸੀਂ ਵੇਖ ਲਿਆ? ਜੀ, ਕਿਉਂ ਨਹੀਂ ਦੱਸਣਾ ਚਾਹਾਂਗੇ, ਭਾਂਡੇ ਧੋਣ ਵਾਲੀ ਕੁਚੀ ਵਰਗਾ ਤੁਹਾਡਾ ਮੂੰਹ ਹੈ। ਅੱਛਾ, ਤੇ ਮੰਗਿਆ ਨਹੀਂ ਜੀ, ਮੰਗਿਆ ਸਜਾਦ ਆਪਣਾ ਇਹਦੇ ਵਿੱਚ ਮੇਰੇ ਕੋਲ ਮੋਹਸਨ ਅਬਾਸ ਹੈਦਰ ਨੇ, ਸਾਇਮਾ ਬਲੋਚ ਸਾਹਿਬ ਨੇ, ਸਨਾ ਜੀ ਨੇ, ਨਾਸਰ ਚਨੂਟੀ ਸਾਹਿਬ ਨੇ, ਗੋਗਾ ਪਸਰੂਰੀ ਸਾਹਿਬ ਨੇ, ਸਲੀਮ ਅਲਬੇਲਾ ਸਾਹਿਬ ਨੇ, ਕੈਸਰ ਪੀਆ ਸਾਹਿਬ ਨੇ, ਔਰ ਸਾਡੇ ਕੋਲ ਇੱਥੇ ਰੁਖਮਾ ਮਰੀਮ ਇਹਦੇ ਵਿੱਚ ਹੈਗੇ। ਤੇ ਤੁਸੀਂ ਜਿਸਾ ਕਿ ਮੀਡੀਆ ਨੂੰ ਦੱਸਿਆ, ਮੀਡੀਆ ਟੋਕ ਵਿੱਚ ਤੁਸੀਂ ਕਹਿ ਰਹੇ ਸੀ ਕਿ ਇੱਕ ਹੋਰ ਤੁਸੀਂ ਨਵੀਂ ਪੰਜਾਬੀ ਜਿਹੜੀ ਹੈ ਕਿ ਅਪਕਮਿੰਗ ਜਿਹੜੀ ਸ਼ੂਟ ਕਰਨ ਜਾ ਰਹੇ ਹੋ, ਉਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਚਾਨਣ ਪਾਓ। ਉਹਦਾ ਨਾਂ ਹੈ ਜੀ ਜਿਹਨੇ ਲਾਹੌਰ ਨਹੀਂ ਵੇਖਿਆ। ਜਿਹਨੇ ਲਾਹੌਰ ਨਹੀਂ ਵੇਖਿਆ, ਕਿ ਇਹਦੇ ਵਿੱਚ ਜਿਹੜੇ ਚੜ੍ਹਦੇ ਪੰਜਾਬ ਦੇ ਸਾਡੇ ਜਿਹੜੇ ਕਲਾਕਾਰ ਹੈਗੇ ਨੇ, ਉਹ ਵੀ ਵਿੱਚ ਸ਼ਾਮਿਲ ਹੋ ਰਹੇ ਨੇ? ਦੇਖੋ ਜੀ, ਇਹ ਤੁਸੀਂ ਕਹਿੰਦੇ ਹੋ ਚੜ੍ਹਦਾ ਤੇ ਲਹਿੰਦਾ ਪੰਜਾਬ, ਮੈਂ ਇਹਨੂੰ ਸਿਰਫ ਪੰਜਾਬ ਹੀ ਕਹਿੰਦਾ। ਉਹ ਕਿ ਸਾਂਝਾ ਪੰਜਾਬ ਅਸੀਂ ਕਹਿੰਦੇ ਹਾਂ, ਕਿ ਆਵਾਮ ਕਹਿੰਦੇ ਆ ਚੜ੍ਹਦਾ ਪੰਜਾਬ ਕੇ ਰਹਿੰਦਾ ਪੰਜਾਬ, ਚਲੋ ਉਹਨਾਂ ਦੀ ਨਿਸ਼ਾਨਦੇਹੀ ਵਾਸਤੇ ਕਹਿ ਦਿੰਦੇ ਹਾਂ, ਲੇਕਿਨ ਮੈਂ ਸਮਝਦਾ ਕਿ ਇਹ ਪੰਜਾਬ ਹੀ ਸਿਰਫ, ਇਹ ਪੰਜਾਬ ਹੀ, ਠੀਕ, ਅਸੀਂ ਪੰਜਾਬੀ ਹਾਂ, ਅਸੀਂ ਸਾਰੇ ਇੱਕੋ ਜਿਹੇ ਡੇਗੇ ਹਾਂ, ਇੱਕੋ ਜਿਹੇ ਹੈਗੇ ਹਾਂ, ਇੱਕੋ ਜਿਹੀ ਸਾਡੀ ਰਹਿਤ ਲੱਗੀ, ਇੱਕੋ ਜਿਹੀ ਸਾਡੀ ਸਕਾਫਤ ਹੈਗੀ ਹੈ, ਸੋ ਅਸੀਂ ਇਹਨੂੰ ਕਿ ਮੰਨਿਆ ਨੇ ਪੰਜਾਬ ਦੀ ਫਿਲਮ। ਪੰਜਾਬ ਦੀ ਫਿਲਮ, ਹਾਂਜੀ। ਅੱਛਾ, ਇੱਕ ਅਸੀਂ ਉੱਧਰ ਦੀ ਖਬਰ ਸੁਣੀ ਹੈ ਕਿ ਜਿਹੜੀ ਫਿਲਮ ਨਵੀਂ ਸ਼ੂਟ ਹੋਈ ਹੈ ਜੀ, ਕੈਰੀਓਨ ਜੱਟਾ 3, ਉਹ ਸੁਣਨ 'ਚ ਆਇਆ ਕਿ ਉਹਦਾ ਵੀ ਜਿਹੜਾ ਕਾਸਟ ਪੂਰੀ ਲਾਹੌਰ 'ਚ ਆ ਰਹੀ ਹੈ, ਕਿ ਇਸ ਬਾਰੇ ਦਾ ਥੋੜ੍ਹਾ ਜਿਹਾ ਤੁਸੀਂ ਦੱਸਣਾ ਚਾਹੋਗੇ? ਕੈਰੀਓਨ ਜੱਟਾ ਜਿਹੜੀ ਫਿਲਮ ਹੈ ਨਾ ਜੀ, ਉਹਦੀ ਕਾਸਟ ਬਿਲਕੁਲ ਪਾਕਿਸਤਾਨ ਦੇ ਵਿੱਚ ਆਏਗੀ, ਲੇਕਿਨ ਹਾਲੇ ਨਹੀਂ ਆਈ, ਆਏਗੀ। ਉਹਨਾਂ ਦੇ ਪ੍ਰੀਮੀਅਰ ਜਿੰਨੇ ਵੀ ਹੋਣਗੇ ਲਾਹੌਰ ਦੇ ਵਿੱਚ, 6 ਪ੍ਰੀਮੀਅਰ ਹੈਗੇ ਨੇ ਉਹਨਾਂ ਦੇ। ਅੱਛਾ ਜੀ, ਕਿਆ ਬਾਤ ਹੈ! ਇਹ ਨਵੀਂ ਅਫਖਾਰ ਠਾਕਰ ਸਾਹਿਬ ਨੇ ਤੁਹਾਨੂੰ ਖਬਰ ਸੁਣਾਈ ਹੈ, ਇਹ ਖਬਰ ਪਹਿਲੇ ਤੁਸੀਂ ਕਿਸੇ ਚੈਨਲ ਤੇ ਨਹੀਂ ਸੁਣੀ, ਕਿਉਂ ਜੀ? ਦੂਸਰਾ, ਗਿੱਪੀ ਗਰੇਵਾਲ ਸਾਹਿਬ ਦੇ ਕੁਝ ਮਿਊਜ਼ਿਕ ਸ਼ੋ ਪਾਕਿਸਤਾਨ 'ਚ ਹੋਣ ਜਾ ਰਹੇ ਨੇ, ਉਹ ਵਰਲਡਵਾਈਡ ਸ਼ੋ ਹੈਗੇ ਨੇ, ਉਹਦੇ 'ਚ 4 ਸ਼ੋ ਪਾਕਿਸਤਾਨ 'ਚ ਹੈਗੇ ਨੇ, ਔਰ ਪ੍ਰੀਮੀਅਰ ਹੈਗੇ ਨੇ ਕੈਰੀਓਨ ਜੱਟਾ 3 ਦੀ, ਔਰ ਉਹ ਬੜੇ ਹੈਵੀ ਬਜਟ ਦੀ ਫਿਲਮ ਹੈ। ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਬਜਟ ਹੈਗਾ ਉਹ ਕੈਰੀਓਨ ਜੱਟਾ 3 ਦਾ। ਅੱਛਾ ਜੀ, ਤੇ ਤੁਸੀਂ ਥੋੜ੍ਹਾ ਦੱਸਣਾ ਚਾਹੋਗੇ ਲਾਹੌਰ ਵਿੱਚ ਕਿੰਨੇ ਪ੍ਰੀਮੀਅਰ ਉਹਦੇ ਹੋਣਗੇ ਖਾਲੀ ਲਾਹੌਰ 'ਚ? ਲਾਹੌਰ 'ਚ ਸਿਰਫ ਇੱਕ ਪ੍ਰੀਮੀਅਰ ਹੋਏਗਾ, ਠੀਕ ਹੈ, ਬਾਕੀ ਕਰਾਚੀ ਉਹਦਾ ਪ੍ਰੀਮੀਅਰ ਹੋਣ ਜਾ ਰਿਹਾ, ਮੁਲਤਾਨ ਹੋਏਗਾ ਉਹਦਾ ਪ੍ਰੀਮੀਅਰ, ਇੱਕ ਰਹੀਮ ਯਾਰ ਖਾਨ ਹੋਏਗਾ ਉਹਦਾ ਪ੍ਰੀਮੀਅਰ, ਇੱਕ ਫੈਸਲਾਬਾਦ ਹੋਏਗਾ ਉਹਦਾ ਪ੍ਰੀਮੀਅਰ, ਇੱਕ ਸਿਆਲਕੋਟ ਹੋਏਗਾ, ਟੋਟਲ 6 ਪ੍ਰੀਮੀਅਰ ਪੂਰੇ ਪਾਕਿਸਤਾਨ 'ਚ ਹੋਣਗੇ। ਅੱਛਾ, ਕਿ ਜਿੰਨੇ ਲਾਹੌਰ ਨਹੀਂ ਵੇਖਿਆ ਉਹਦੇ ਵਿੱਚ ਤੁਸੀਂ ਮੈਨੂੰ ਕੋਈ ਕੈਦੋ ਕੁਦੋ ਦਾ ਰੋਲ ਦੇਵੋਗੇ ਕਿ ਨਹੀਂ? ਕਿਹਦਾ ਕੈਦੋ ਦਾ? ਨਹੀਂ, ਕੈਦੋ ਦੀ ਡਾਂਗ ਤੁਹਾਡੇ ਵਰਗੀ ਹੁੰਦੀ। ਚਲੋ, ਉਹ ਹੀ ਫੜਾ ਗਿਆ, ਉਹ ਹੀ ਫੜਾ ਗਿਆ। ਕੋਸ਼ਿਸ਼ ਜ਼ਰੂਰ ਕਰਾਂਗੇ, ਜੇ ਤੁਸੀਂ ਸਾਹ ਬੰਦ ਰੱਖੋਗੇ। ਚਲੋ ਠੀਕ ਹੈ, ਅਗਰ ਤੁਸੀਂ ਰੱਖੋਗੇ ਸਾਹ ਬੰਦ ਤਾਂ ਠੀਕ ਹੈ, ਨਹੀਂ ਤਾਂ ਹਲਕਾ ਜਿਹਾ ਤਾਂ ਅਸੀਂ ਕਰ ਹੀ ਦਿਆਂਗੇ।